दैनिक मेल पंजाबी टीवी शुक्रिया अदा करता है। 1,41,000 तो भी वध सबसक्राइबर ते करीब 3 करोड़ दर्शकों का। तुसी भी जुड़ो साडे चैनल दे नाल, साडा चैनल सबसक्राइब करो। दैनिक मेल पंजाबी टीवी च मैं निखिल शर्मा एक बार फिर तुहाडा स्वागत करदा। मैं एक बार फिर हाजिर होया तुहाडे वास्ते लैके अजिहियां 7 खबरां जिहड़ियां तुहाडे वास्ते जाननियां जरूरी ने। पहली खबर की शुरुआत करदा यात्रा तो। यात्रा हर इंसान की जिंदगी का एक अहम हिस्सा हुंदा है। जेकर सफर खराब हो जाए तो सारा कुछ खराब हो जाता है। इसी तुहाडा सफर खराब ना होवे यह खबर तुहाडे वास्ते बहुत जरूरी है। खबर जेट एयरवेज से जुड़ी। दरअसल जेट एयरवेज के कई पायलट बीमार पै गए ने। दरअसल बीमारी तो मेरा भाव मेडिकल लीव ते चले गए ने, क्योंकि उन्होंने कई महीनों की तनखा नहीं मिली। लो जी, जे तनखा नहीं मिली तो काम ते कौन आऊ। यही वजह है कि तनखा न मिलन करके उन्होंने मेडिकल लीव लै ली, जिसके चलते करीब 1.5 दर्जन जेट दियां फ्लाइटां रद्द हो गई ने। तो जेकर तुसी भी जेट की फ्लाइट बुक कराई है तो अपना टाइम टेबल सैट कर लो या फिर फ्लाइट चेंज कर लो, क्योंकि फिलहाल जेट दियां 1.5 दर्जन फ्लाइटां रद्द होने करके यात्रियों को बड़ी दिक्कतों का सामना करना पिया है। किते ना किते जेट एयरवेज ने भी ऐलान किया कि वह अपने यात्रियों के नुकसान की भरपाई करेगी। पर मैनू नहीं लगता जो किसी का समा खराब हो जाता है तो समय की भरपाई नहीं की जाती, वह बेशकीमती होंगे। इसलिए तुम भी अपनी अपनी यात्रा का इंतजाम सही तरीके दे नाल कर लवो। लो जी दोस्तों, हुण खबर बॉलीवुड की मशहूर हस्ती प्रियंका चोपड़ा के विआह की। ਵਿਆਹ ਦੀ ਖਬਰ ਮੈਂ ਤੁਹਾਨੂੰ ਕਿਉਂ ਸੁਣਾ ਰਿਹਾ ਇਹ ਵੀ ਦੱਸ ਦਿੰਦਾ। ਇਸ ਵਿਆਹ ਦੀ ਖਬਰ ਦੇ ਪਿੱਛੇ ਇੱਕ ਅਜਿਹਾ ਮਸਲਾ ਜੁੜ ਗਿਆ ਹੈ ਕਿ ਸਾਲੀਆਂ ਨੇ ਜੁੱਤੇ ਚੁਰਾਏ ਤੇ ਮੰਗ ਲਿੱਤਾ $5,00,000। ਜੀ ਹਾਂ, ਤੁਹਾਨੂੰ ਦੱਸਦੀ ਪ੍ਰਿਯੰਕਾ ਚੋਪੜਾ ਦਾ ਵਿਆਹ ਨਿਕ ਜੋਨਸ ਦੇ ਨਾਲ ਹੋ ਰਿਹਾ। ਪ੍ਰਿਯੰਕਾ ਚੋਪੜਾ ਬਾਲੀਵੁੱਡ ਤੋਂ ਬਾਅਦ ਹਾਲੀਵੁੱਡ ਚ ਚਲੇ ਗਏ ਸੀ ਤੇ ਹੁਣ ਉਹਨਾਂ ਦਾ ਵਿਆਹ ਜਿਹੜਾ ਵਾ ਇੰਡੀਆ ਦੇ ਵਿੱਚ ਹੋ ਰਿਹਾ ਹੈ। ਤੇ ਨੈਚੁਰਲੀ ਗੱਲ ਹੈ ਕਿ ਇੰਡੀਆ ਚ ਵਿਆਹ ਹੋਏਗਾ ਤੇ ਸਾਲੀਆਂ ਤਾਂ ਆਪਣੀ ਰਸਮ ਨੂੰ ਪੂਰੀਆਂ ਕਰਨਗੀਆਂ। ਤੇ ਸਾਲੀਆਂ ਨੇ ਉਹਨਾਂ ਦੇ ਬੂਟ ਚੱਕ ਲਏ ਤੇ ਉਹਦੇ ਬਦਲੇ ਮੰਗੇ $5,00,000। ਹੁਣ ਜੀਜਾ ਜੀ ਨੇ $5,00,000 ਦਿੱਤੇ ਜਾਂ ਨਹੀਂ, ਇਸ ਦਾ ਖੁਲਾਸਾ ਤਾਂ ਨਹੀਂ ਹੋਇਆ। ਪਰ ਫਿਲਹਾਲ $5,00,000 ਸਾਲੀਆਂ ਵੱਲੋਂ ਮੰਗੇ ਜਾਣ ਦੀ ਖਬਰ ਬਾਲੀਵੁੱਡ ਤੇ ਹਾਲੀਵੁੱਡ ਦੋਨਾਂ ਚ ਚਰਚਾ ਦਾ ਵਿਸ਼ੇ ਬਣ ਗਈ ਹੈ। ਮਾਂ ਬਾਪ ਬਣਨਾ ਹਰ ਇਨਸਾਨ ਦੀ ਜ਼ਿੰਦਗੀ ਦਾ ਇੱਕ ਸੁਪਨਾ ਹੁੰਦਾ ਹੈ, ਇੱਕ ਸੁਖਦ ਅਹਿਸਾਸ। ਪਰ ਇਹ ਸੁਖਦ ਅਹਿਸਾਸ ਨੂੰ ਕੈਸ਼ ਕਰਨ ਦਾ ਜ਼ਰੀਆ ਬਣਾ ਬੈਠੇ ਨੇ ਡਾਕਟਰ। ਇਹ ਮੈਂ ਨਹੀਂ ਕਰਿਆ, ਇਹ ਕਹਿ ਰਿਹਾ IMM ਅਹਿਮਦਾਬਾਦ ਦਾ ਇੱਕ ਸਰਵੇ। ਇਸ ਸਰਵੇ ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ। 70 ਲੱਖ ਬੱਚਿਆਂ ਦਾ ਜਨਮ ਹੋਇਆ 1 ਸਾਲ ਦੇ ਵਿੱਚ, ਇੰਡੀਆ ਦੀ ਗੱਲ ਕਰ ਰਿਹਾ, ਜਿਸ ਵਿੱਚ 9 ਲੱਖ ਬੱਚੇ ਸੀ ਸੈਕਸ਼ਨ ਯਾਨੀ ਕਿ ਸਜੀਰੀਅਨ ਆਪਰੇਸ਼ਨ। ਤੇ ਤੁਹਾਨੂੰ ਦੱਸ ਦਈਏ ਕਿ ਇਸ ਆਪਰੇਸ਼ਨ ਦੀ ਵਜ੍ਹਾ ਕੀ ਹੈ। ਇਸ ਸਰਵੇ ਦੀ ਮੰਨੀਏ ਤਾਂ ਸਿਰਫ ਨੋਟਾਂ ਦੀ ਖੇਡ ਹੈ ਇਸ ਸਾਰੇ ਖੇਡ ਦੇ ਪਿੱਛੇ। ਦਰਅਸਲ ਪੈਸਾ ਕਮਾਉਣ ਵਾਸਤੇ, ਮੋਟਾ ਬਿੱਲ ਬਣਾਉਣ ਵਾਸਤੇ ਸੀ ਸੈਕਸ਼ਨ ਆਪਰੇਸ਼ਨ ਕਰਕੇ ਬੱਚਿਆਂ ਨੂੰ ਜਨਮ ਦਵਾ ਰਹੇ ਨੇ ਕਈ ਹਸਪਤਾਲ, ਜਿਸ ਦੇ ਚਲਦੇ ਬੱਚਿਆਂ ਨੂੰ ਕਈ ਤਰੀਕੇ ਦੀਆਂ ਕੰਪਲੀਕੇਸ਼ਨਸ ਆ ਜਾਂਦੀਆਂ ਨੇ। ਬੱਚਿਆਂ ਨੂੰ ਜਿਹੜੇ ਬੱਚੇ ਸੀ ਸੈਕਸ਼ਨ ਪੈਦਾ ਹੁੰਦੇ ਨੇ, ਕਿਤੇ ਨਾ ਕਿਤੇ ਉਹਨਾਂ ਨੂੰ ਸਾਹ ਲੈਣ ਦੀ ਪ੍ਰੋਬਲਮ ਜਾਂ ਹੋਰ ਕੋਈ ਸਮੱਸਿਆਵਾਂ ਸਿਹਤ ਨਾਲ ਜੁੜੀਆਂ ਆ ਜਾਂਦੀਆਂ ਨੇ। ਤੇ ਘੱਟੋ ਘੱਟ ਮੈਂ ਤਾਂ ਇਹੀ ਕਹਾਂਗਾ ਮੋਦੀ ਸਾਹਿਬ ਕਿ ਇਹੋ ਜਿਹਾ ਕਾਨੂੰਨ ਬਣਾਓ ਕਿ ਇਸ ਤਰੀਕੇ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਹੋਵੇ, ਕਿਉਂਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਨੇ। ਤੇ ਦੇਸ਼ ਦਾ ਭਵਿੱਖ ਜੇ ਬਿਮਾਰ ਪੈਦਾ ਹੋਏਗਾ ਤੇ ਸਾਡੇ ਦੇਸ਼ ਦਾ ਕੀ ਬਣੇਗਾ। ਲੋ ਜੀ ਦੋਸਤੋ, ਹੁਣ ਗੱਲ ਕਰਾਂਗਾ ਮਨੀ ਆਰਡਰ ਦੀ। 1,064 ਰੁਪਏ ਦਾ ਮਨੀ ਆਰਡਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਤੇ। ਇਹ ਮਨੀ ਆਰਡਰ ਭੇਜਿਆ ਇੱਕ ਕਿਸਾਨ ਨੇ, ਨਾਸਿਕ ਦੇ ਇੱਕ ਕਿਸਾਨ ਨੇ ਇਹ ਮਨੀ ਆਰਡਰ ਨਾਰਾਜ਼ ਹੋ ਕੇ ਭੇਜਿਆ, ਕਿਉਂਕਿ ਉਸਦੀ ਫਸਲ ਦਾ ਭਾਅ ਉਸਨੂੰ ਮਿਲਿਆ ਸਿਰਫ 1 ਰੁਪਿਆ ਕਿਲੋ। 1 ਰੁਪਏ ਕਿਲੋ ਪਿਆਜ਼ ਤਾਂ ਹੁੰਦਾ ਸੀ, ਨਾਸਿਕ ਦੇ ਵਿੱਚ ਦੇਸ਼ ਦੀ ਸਭ ਤੋਂ ਜ਼ਿਆਦਾ ਪਿਆਜ਼ ਦੀ ਪੈਦਾਵਾਰ ਹੁੰਦੀ ਹੈ। ਤੇ ਉੱਥੋਂ ਦੇ ਕਿਸਾਨ ਸੰਜੇ ਇਹ ਉਹ ਕਿਸਾਨ ਨੇ ਜਿਹੜੇ ਕਿ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਇੰਡੀਆ ਆਏ ਸੀ ਤੇ ਇਸ ਕਿਸਾਨ ਦੀ ਮੁਲਾਕਾਤ ਉਹਨਾਂ ਨਾਲ ਕਰਵਾਉਣ ਦਾ ਸਮੇਂ ਜਿਹੜਾ ਵਾ ਤੈਅ ਕੀਤਾ ਗਿਆ ਸੀ। ਤੇ ਅੱਜ ਉਹੀ ਕਿਸਾਨ ਖਫਾ ਹੋ ਗਿਆ, ਕਿਉਂਕਿ ਉਸਨੂੰ ਉਸਦੀ ਫਸਲ ਦਾ ਮੁੱਲ ਮਿਲਿਆ 1 ਰੁਪਿਆ ਕਿਲੋ। ਇਸ ਦੇ ਚਲਦਿਆਂ ਉਸਨੇ 1 ਰੁਪਿਆ ਕਿਲੋ ਪਿਆਜ਼ ਵੇਚੇ ਤੇ ਜਿਹੜੀ ਰਕਮ ਉਹਨੂੰ ਮਿਲੀ ਉਸਨੇ ਨਾਰਾਜ਼ ਹੋ ਕੇ PM ਸਾਹਿਬ ਨੂੰ ਮਨੀ ਆਰਡਰ ਕਰ ਦਿੱਤੇ। ਨੋਟਬੰਦੀ ਤਾਂ ਤੁਹਾਨੂੰ ਯਾਦ ਹੀ ਹੋਏਗੀ, ਲੰਬੀਆਂ ਲੰਬੀਆਂ ਬੈਂਕਾਂ ਦੇ ਬਾਹਰ ਲਾਈਨਾਂ, ਤੁਸੀਂ ਵੀ ਲੱਗੇ ਹੋਵੋਗੇ ਤੇ ਮੈਂ ਵੀ ਲੱਗਿਆ ਸੀ। ਤੇ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਲਓ ਕਿ ਉਸ ਟਾਈਮ ਮੋਦੀ ਸਾਹਿਬ ਨੇ ਕਿਹਾ ਸੀ
कि देश की सुरक्षा का मसला है, जाली नोट खत्म कर देने, इसलिए नोटबंदी जरूरी है, काला धन खत्म करना, इसलिए नोटबंदी जरूरी है। काला धन खत्म होया या नहीं होया इस बारे तो मैं कुछ नहीं कहता, पर दोस्तों जाली करंसी का जाल फिर आ गया। मैं नहीं कह रहा, रायपुर पुलिस कह रही है, रायपुर पुलिस ने 5 करोड़ रुपए दे 2-2 हजार दे जाली नोट फड़े ने। दोस्तों जे जाली नोट 5 करोड़ दे इको थां ते मिले ने ते बाकी देश दे विच की हालात होएगा तुसी अंदाजा ला सकते हो। लो जी दोस्तों, लुट की खबर तुहानू सुनाण जा रहा हां। लुटां तां तुसी बहुत सुनिया होणगीआं, पर इस लुट की खबर च कुछ खास है। लुट होई है दिल्ली दे विच, ते लुट करन वाला कौन है? बाइक सवार दो लड़कियां ने दिल्ली दे विच एक दवाई दे कारोबारी को लुट ले 6 लाख रुपए दे इंजेक्शन। ते लुट दा तरीका भी तुहानू दस दवां ते तुसी हैरान हो जाओगे। दरअसल एक दवाई दे कारोबारी नू फोन आंदा है कि कैंसर दे मरीज वास्ते इंजेक्शन चाहिए ने, ते उस नू सप्लाई दे दित्ती जावे। ते दवा कारोबारी ने इंजेक्शन चके ते सप्लाई देन तुर पिया। रस्ते च उसकी बाइक दे विच किसी ने टक्कर मार दित्ती, हंगामा शुरू हो गया। टक्कर मारन वाली कौन सन? लड़कियां ने टक्कर मारी ते रोला पा दिता। इस दौरान रोड रेस का मामला बनाने की कोशिश की, लड़कियां उतों 6 दे 6 इंजेक्शन लैके तितर हो गई, यानी कि 9 लाख रुपए दे इंजेक्शन इको झटके च गायब हो गए। बाद विच समझ आई कि यह सारा ट्रैप सी, नकली गाहक, नकली मरीज ते असली टीके लैके निकल गई कुड़िया। लो जी दोस्तों, हुण गल करांगा डिजिटल इंडिया। मोदी साहब साडे देश दे प्रधानमंत्री, उन्हां दा नारा है डिजिटल इंडिया। ते डिजिटल इंडिया दी इक होर तस्वीर सामने आ गई है। राजस्थान दे विधानसभा चोणां दे विच 223 बूथ अजिहे ने जिथे मोबाइल दा नैटवर्क भी नहीं आंदा। ते हुण तुसी अंदाजा ला सकते हो कि इन्हां बूथां ते चोणां तां रब भरोसे ही होणगीआं। पर फिलहाल एक अस्थाई जिहड़ा प्रबंध चुनाव आयोग वल्लों कीते गए ने, पुलिस दे वायरलैस सैट दे नाल सुरक्षा की जाएगी, एक दूजे नूं मैसेज दिते जाणगे। पर तुहानूं इह वी दस दवां कि इह बार्डर दे नाल लगदा एरिया पाकिस्तान बार्डर लगदा, रेत दे वड्डे वड्डे मैदान ने जिस दे चलदिआं इत्थे टावर लाउण ते पाबंदी है, ते पुलिस दे जिहड़े वायरलैस सैट है ਉਹ ਵੀ ਕਈ ਵਾਰੀ ਇੱਥੇ ਸਹੀ ਕੰਮ ਨਹੀਂ ਕਰਦੇ। ਚਲੋ ਖੈਰ, ਆਪਾਂ ਤਾਂ ਚਾਹਾਂਗੇ ਕਿ ਸ਼ਾਂਤੀਪੂਰਨ ਮਤਦਾਨ ਹੋ ਜਾਣ, ਪਰ ਘੱਟੋ ਘੱਟ ਡਿਜੀਟਲ ਇੰਡੀਆ ਜੇ ਬਣ ਰਿਹਾ ਤੇ ਇਹੋ ਜਿਹੀ ਤਸਵੀਰ ਤਾਂ ਕਿਸੇ ਸ਼ਹਿਰ ਕਿਸੇ ਪਿੰਡ ਦੀ ਨਹੀਂ ਹੋਣੀ ਚਾਹੀਦੀ ਕਿ ਜਿੱਥੇ ਮੋਬਾਈਲ ਦਾ ਨੈਟਵਰਕ ਹੀ ਨਾ ਹੋਵੇ। ਦੋਸਤੋ ਅੱਜ ਵਾਸਤੇ ਸਿਰਫ ਇੰਨੀਆਂ ਹੀ, ਤੁਹਾਨੂੰ 7 ਖਬਰਾਂ ਆਪਾਂ ਇਕੱਠੀਆਂ ਸੁਣਾਈਆਂ ਤਾਂ ਕਿ ਤੁਸੀਂ ਜਾਣ ਸਕੋ ਦੇਸ਼ ਤੇ ਦੁਨੀਆ ਦਾ ਹਾਲ। ਤੁਸੀਂ ਜੁੜੇ ਰਹੋ ਦੈਨਿਕ ਮੇਲ ਪੰਜਾਬੀ ਟੀਵੀ ਦੇ ਨਾਲ, ਤੇ ਜੇਕਰ ਤੁਸੀਂ ਪਹਿਲੀ ਵਾਰੀ ਸਾਡੇ ਚੈਨਲ ਤੇ ਆਏ ਹੋ ਤੇ ਸਬਸਕ੍ਰਾਈਬ ਕਰੋ ਸਾਡਾ ਚੈਨਲ, ਤੇ ਨਾਲ ਹੀ ਦਬਾਓ ਬੈਲ ਆਈਕਨ ਯਾਨੀ ਕਿ ਘੰਟੀ ਦਾ ਬਟਨ, ਉਹ ਦਬਾਉਂਦੇ ਹੀ ਤੁਹਾਨੂੰ ਸਾਡੀਆਂ ਨੋਟੀਫਿਕੇਸ਼ਨ ਉਸੇ ਟਾਈਮ ਮਿਲਣਗੀਆਂ, ਤੇ ਤੁਸੀਂ ਜੁੜੇ ਰਹੋਗੇ ਦੇਸ਼ ਦੁਨੀਆ ਤੇ ਪੰਜਾਬ ਦੀਆਂ ਖਬਰਾਂ ਦੇ ਨਾਲ।